अस्सलाम वालेकुम जी। जी दोस्तों, जिस तरह के तुहाडे सामने है 16 मॉडल ट्रैक्टर स्टैनाडाइन पंप दे विच MF 385 और 72 कटर दा रूटावेटर, ठीक है जी। इहनू आपां सब तो पहले चलावांगे पहले हाई दे विच 72 कटर दा रूटावेटर चलावांगे जी। उस तो बाद दे विच फिर आपां इहनू दूसरे लोह ते चलाना वा जी। थोड़ा जिहा इहनू चला के चैक करदे हां कि पहले हाई दे विच ਇਹਦੀ ਕੀ ਕਾਰਗਰਦਗੀ ਹੈ। ਸਟੈਨਾਡਾਈਨ ਪੰਪ MF 385 72 ਕਟਰ ਦਾ ਰੂਟਾਵੇਟਰ ਜਿਹੜਾ ਹੈ ਉਹ ਵੀ ਦੋਸਤਾਂ ਨਾਲ ਸ਼ੇਅਰ ਕਰ ਦਿੰਦੇ ਹਾਂ ਜੀ। ਲਓ ਜੀ ਦੋਸਤੋ, ਇਹ ਹੈ ਜੀ ਆਪਣਾ 72 ਕਟਰ ਦਾ ਰੂਟਾਵੇਟਰ ਜੀ, ਠੀਕ ਹੈ ਜੀ, ਸਟੈਨਾਡਾਈਨ ਪੰਪ ਦੇ ਅੰਦਰ। ਔਰ ਪਹਿਲੇ ਹਾਈ ਦੇ ਵਿੱਚ ਇਹਨੂੰ ਚਲਾ ਕੇ ਚੈੱਕ ਕਰਾਂਗੇ ਜੀ। ਚਲੋ ਜੀ, ਕਰੋ ਜੀ ਸਟਾਰਟ ਦਾ, ਪਹਿਲੇ ਹਾਈ ਦੇ ਵਿੱਚ ਲਾਉਣਾ ਫਿਰ। ਦੇਖ ਸਕਦੇ ਹਾਂ ਜੀ, ਇਹ ਹੈ ਜੀ ਪਹਿਲੇ ਹਾਈ ਦੇ ਅੰਦਰ ਜੀ। ਦੋਸਤਾਂ ਨਾਲ ਗੇਅਰ ਵੀ ਸ਼ੇਅਰ ਕਰ ਦਿੰਦੇ ਹਾਂ ਜੀ, ਪਹਿਲੇ ਹਾਈ ਦੇ ਅੰਦਰ ਹੈ ਜੀ। ਦੂਸਰੇ ਲੋਹ ਚ ਹੁਣ ਦੂਜੇ ਚ ਲਈ ਦੋਸਤੋ, ਝੂਟਾ ਵੇਟਰ ਨੂੰ ਦੇਖ ਸਕਦੇ ਆ। ਆਵਾਜ਼ ਆ ਰਹੀ ਹੈ ਝੂਟੇ ਦੀ, ਇੱਕ ਜਿਹੜੀ ਛੁਰੀ ਆ ਬਲੇਡ ਜਿਹੜਾ ਵਾ ਉਹ ਖੁੱਲਿਆ ਵਾ, ਉਹਦੀ ਆਵਾਜ਼ ਆ ਰਹੀ ਆ। ਬਾਕੀ ਦੇਖ ਸਕਦੇ ਆ ਟੈਸਟ ਨੂੰ, ਕੋਈ ਧੂੰਆਂ ਨਹੀਂ, ਕੋਈ ਕੁਛ ਨਹੀਂ, ਸਟੈਨਾਡਾਈਨ ਪੰਪ ਦੇ ਅੰਦਰ ਹੈ।